ਪਿਛਲੇ ਦਿਨ ਹੀ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਕੌਂਸਲਰ ਸੁਰਿੰਦਰ ਭੱਟੀ, ਨਰਿੰਦਰ ਕੌਰ, ਗੀਤਿਕਾ ਅਰੋੜਾ ਅਤੇ ਹੋਰਨਾਂ ਕੌਂਸਲਰਾਂ ਵੱਲੋਂ ਵਾਕਆਊਟ ਕੀਤਾ ਗਿਆ ਸੀ, ਜਿਸ ਦਾ ਕਾਰਨ ਉਹਨਾਂ ਦੱਸਿਆ ਸੀ ਕਿ ਨਗਰ ਨਿਗਮ ਵਿੱਚ ਜੋ ਸਫਾਈ ਸੇਵਕਾਂ ਦਾ ਮਤਾ ਪਾਸ ਕੀਤਾ ਗਿਆ ਹੈ ਉਹ ਸਹੀ ਨਹੀਂ ਹੈ, ਇਸ ਕਰਕੇ ਉਹ ਮੀਟਿੰਗ ਦਾ ਬਾਈਕਾਟ ਕਰਦੇ ਬਾਹਰ ਗਏ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਭੱਟੀ ਨੇ ਦੱਸਿਆ ਕਿ ਉਹਨਾਂ ਕੋਲ ਸਫਾਈ ਸੇਵਕਾਂ ਦੇ ਮਤੇ ਦੀ ਕਾਪੀ ਪਹੁੰਚੀ ਤਾਂ ਉਸ ਵਿੱਚ ਉਹਨਾਂ ਵੱਲੋਂ ਜਤਾਈ ਵਿਰੋਧ ਬਾਰੇ ਨਾ ਦੱਸ ਕੇ ਉਹਨਾਂ ਵੱਲੋਂ ਸਹਿਮਤੀ ਪ੍ਰਗਟਾਈ ਗਈ ਲਿਖਿਆ ਹੋਇਆ ਹੈ, ਜੋ ਕਿ ਸਰਾਸਰ ਝੂਠ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਉਹਨਾਂ ਵੱਲੋਂ ਜਤਾਇਆ ਵਿਰੋਧ ਦਰਜ ਨਹੀਂ ਕੀਤਾ ਜਾਂਦਾ ਤਾਂ ਉਦੋਂ ਤੱਕ ਉਹ ਹਾਊਸ ਦੀ ਮੀਟਿੰਗ ਦਾ ਮਤਾ ਪਾਸ ਨਹੀਂ ਹੋਣ ਦੇਣਗੇ। ਇਸ ਸੰਬੰਧੀ ਵਿੱਚ ਉਹਨਾਂ ਨੇ ਨਗਰ ਨਿਗਮ ਕਮਿਸ਼ਨਰ ਆਸ਼ਿਕਾ ਜੈਨ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਸੰਬੰਧ ਵਿੱਚ ਉਹਨਾਂ ਨੇ ਨਗਰ ਨਿਗਮ ਕਮਿਸ਼ਨਰ ਆਸ਼ਿਕਾ ਜੈਨ ਨੂੰ ਮੰਗ ਪੱਤਰ ਵੀ ਸੌਂਪਿਆ। ਅੱਜ ਅਸੀਂ ਭਾਜੀ ਮੇਰੀਆਂ ਭੈਣਾਂ ਨਾਲ, ਨਰਿੰਦਰ ਕੌਰ ਜੀ ਅਤੇ ਗੀਤਿਕਾ ਅਰੋੜਾ ਜੀ ਅਤੇ ਕੁਝ ਸਾਡੇ ਜਿਹੜੇ ਐਮ ਸੀ ਅੱਜ ਨਹੀਂ ਆ ਸਕੇ ਹੈਗੇ ਕੋਈ ਆਪਣੇ ਜ਼ਰੂਰੀ ਕੰਮ ਵਿੱਚ, ਕਿ ਜਿਹੜੀ ਪਿੱਛੇ ਜੇ ਇੱਕ ਹਾਊਸ ਦੀ ਮੀਟਿੰਗ ਹੋਈ ਆ, ਉਸ ਹਾਊਸ ਦੀ ਮੀਟਿੰਗ ਦੇ ਵਿੱਚ ਇੱਕ ਸਫਾਈ ਸੇਵਕਾਂ ਦਾ ਜੋ ਮਤਾ ਪਾਸ ਕੀਤਾ ਸੀਗਾ, ਇਹਨਾਂ ਨੇ ਪਾਇਆ ਸੀਗਾ, ਅਸੀਂ ਉਸ ਮਤੇ ਦਾ ਡਟ ਕੇ ਅਸੀਂ ਵਿਰੋਧ ਕੀਤਾ ਸੀਗਾ, ਕਿ ਜਿਹੜਾ ਅਸੀਂ ਵਿਰੋਧ ਨੂੰ ਅਸੀਂ ਦਰਜ ਵੀ ਕਰਾਇਆ ਸੀਗਾ। ਲੇਕਿਨ ਪਰ ਜਦੋਂ ਉਸ ਮਤੇ ਦੀ ਪ੍ਰੋਸੀਡਿੰਗ ਦੀ ਕਾਪੀ ਸਾਡੇ ਸਾਰੇ ਕੌਂਸਲਰਾਂ ਤੱਕ ਪਹੁੰਚੀ ਆ, ਤਾਂ ਲੇਕਿਨ ਉਸ ਮਤੇ ਦੇ ਵਿੱਚ, ਉਸ ਪ੍ਰੋਸੀਡਿੰਗ ਦੇ ਵਿੱਚ, ਉਹਦੇ ਵਿੱਚ ਸਹਿਮਤੀ ਲਿਖੀ ਗਈ ਅਤੇ ਸਾਡਾ ਵਿਰੋਧ ਨਹੀਂ ਦਰਜ ਕੀਤਾ ਗਿਆ। ਪਰ ਜੇ ਅਸੀਂ ਜਦੋਂ ਜਿਸ ਵਿੱਚ ਅਸੀਂ ਵਿਰੋਧ ਕੀਤਾ, ਅਸੀਂ ਉਸ ਮੀਟਿੰਗ ਦਾ ਵਾਕਆਊਟ ਕੀਤਾ ਸੀਗਾ, ਤਾਂ ਅਸੀਂ ਆਪਣਾ ਜਿਹੜਾ ਵਿਰੋਧ ਆ ਅਸੀਂ ਦਰਜ ਕਰਾਇਆ ਸੀਗਾ, ਕਿ ਜਿਹੜਾ ਉਸ ਪ੍ਰੋਸੀਡਿੰਗ ਦੇ ਕਾਪੀ ਦੇ ਨਾਲ ਸਾਡਾ ਜਿਹੜਾ ਵਿਰੋਧ ਸਾਡਾ ਦਰਜ ਹੋਣੇ ਕਰਕੇ ਆਉਣਾ ਚਾਹੀਦਾ ਸੀਗਾ। ਪਰ ਇਹ ਬੜੀ ਨਿਕੰਮੀਆਂ ਪ੍ਰਸ਼ਾਸਨ ਦੀ ਨਲੈਕੀ ਆ ਇਹ ਵਾਲੀ, ਕਿ ਜਿਹੜਾ ਇਹਨਾਂ ਨੇ ਸਾਡਾ ਵਿਰੋਧ ਦਰਜ ਨਹੀਂ ਕੀਤਾ, ਅਤੇ ਜਿਹੜਾ ਅਸੀਂ ਅੱਜ ਮੰਗ ਪੱਤਰ ਕਮਿਸ਼ਨਰ ਸਾਹਿਬ ਨੂੰ ਰਲ ਕੇ ਸਾਰਿਆਂ ਨੇ ਦਿੱਤਾ ਵਾ ਕਿ ਸਾਡਾ ਜਿਹੜਾ ਵਿਰੋਧ ਸੀਗਾ ਉਹਦੇ ਵਿੱਚ ਦਰਜ ਕੀਤਾ ਜਾਵੇ, ਕਿਉਂਕਿ ਅਸੀਂ ਡਟ ਕੇ ਵਿਰੋਧ ਕੀਤਾ ਸੀਗਾ ਕਿ ਸਫਾਈ ਸੇਵਕਾਂ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਉਹ ਬਿਲਕੁਲ ਜਾਇਜ਼ ਨਾਲ ਅਸੀਂ ਖੜ੍ਹੇ ਹੋਏ ਸੀ, ਨਾਲ ਅਸੀਂ ਉਹਨਾਂ ਦਾ ਵਿਰੋਧ ਕੀਤਾ ਸੀਗਾ ਇਸ ਕਰਕੇ ਮਤੇ ਦੇ, ਅਸੀਂ ਇਸ ਕਰਕੇ ਅੱਜ ਮੰਗ ਪੱਤਰ ਦਿੱਤਾ ਕਿ ਸਾਡਾ ਜਿਹੜਾ ਵਿਰੋਧ ਆ ਉਹ ਵਿੱਚ ਦਰਜ ਕੀਤਾ ਜਾਵੇ ਦੁਬਾਰਾ। ਹਾਊਸ ਦੀ ਮੀਟਿੰਗ ਵਿੱਚ ਜਿਹੜਾ ਉਦੋਂ ਵਿਰੋਧ ਤੁਸੀਂ ਕੀਤਾ ਅਤੇ ਉਹ ਉਦੋਂ ਦਰਜ ਨਹੀਂ ਹੋਇਆ ਜਿਹੜੀ ਤੁਹਾਡੇ ਕੋਲ ਕਾਪੀ ਆਈ ਆ ਜੀ, ਅਤੇ ਅੱਜ ਤੁਸੀਂ ਦੁਬਾਰਾ ਮੰਗ ਪੱਤਰ ਇਹਦੇ ਬਾਰੇ ਦਿੱਤਾ ਵੀ ਉਹ ਦਰਜ ਕੀਤਾ ਜਾਵੇ, ਜੇ ਨਹੀਂ ਦਰਜ ਕੀਤਾ ਜਾਂਦਾ ਤਾਂ ਕੀ ਅੱਗੇ ਰਣਨੀਤੀ ਰੱਖੋਗੇ? ਦੇਖੋ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਗਾਂਹ ਸਾਨੂੰ ਰਣਨੀਤੀ ਕੋਈ ਬਣਾਉਣੀ ਪੈਣੀ, ਸਾਡੀ ਰਣਨੀਤੀ ਉਹ ਹੋਏਗੀ ਗਾਂਹ ਜਿਹੜੀ ਕੋਈ ਹਾਊਸ ਦੀ ਮੀਟਿੰਗ ਹੋਏਗੀ ਉਸ ਮੀਟਿੰਗ ਦੇ ਦੌਰਾਨ ਅਤੇ ਜਿਹੜੀ ਪਿਛਲੇ ਮੀਟਿੰਗ ਦਾ ਜਿਹੜਾ ਕੋਈ ਮਤਾ ਹੁੰਦਾ ਉਹ ਸਾਰੇ ਪਾਸ ਉਹਦੇ ਵਿੱਚ ਦੁਆਰਾ ਕਰਨੇ ਪੈਂਦੇ, ਕਿ ਜੋ ਪਹਿਲੇ ਸਰਵਸੰਮਤੀ ਨਾਲ ਹੋਇਆ ਉਹਨੂੰ ਅਸੀਂ ਪਾਸ ਕਰਦੇ ਹਾਂ ਮੀਟਿੰਗ ਨੂੰ, ਲੇਕਿਨ ਅਸੀਂ ਉਨੀ ਤੱਕ ਦੂਸਰੀ ਮੀਟਿੰਗ ਦਾ ਕੋਈ ਮਤਾ ਪਾਸ ਨਹੀਂ ਹੋਣ ਦੇਵਾਂਗੇ ਜਿੰਨੀ ਦੇਰ ਤੱਕ ਸਾਡੀ ਇਸ ਪ੍ਰੋਸੀਡਿੰਗ ਦੇ ਵਿੱਚ ਸਾਡਾ ਵਿਰੋਧ ਦਰਜ ਨਹੀਂ ਕੀਤਾ ਜਾਏਗਾ। ਅਸੀਂ ਇਹ ਮੰਗ ਪੱਤਰ ਸਫਾਈ ਸੇਵਕਾਂ ਦੇ ਸੰਬੰਧ ਵਿੱਚ ਹੀ ਦਿੱਤਾ ਸੀਗਾ, ਕਿਉਂਕਿ ਸਾਡੀ 19 ਤਰੀਕ ਨੂੰ ਹਾਊਸ ਮੀਟਿੰਗ ਪਹਿਲੀ ਹੋਈ ਸੀ, ਉਹਦੇ ਵਿੱਚ ਸਫਾਈ ਸੇਵਕਾਂ ਦਾ ਜੋ ਵੀ ਇਹਨਾਂ ਅਸੀਂ ਲਿਖਿਆ ਸੀ ਉਹਨਾਂ ਵਿੱਚ, ਜਿੱਦਾਂ ਸਟ੍ਰਾਈਕ ਹੋਈ ਸੀ ਉਹਨਾਂ ਦੀ, ਤਾਂ ਉਹ ਮੰਗਾਂ ਬਾਰੇ ਲਿਖਿਆ ਸੀਗਾ ਵੀ ਅਸੀਂ ਉਹਨਾਂ ਦਾ ਵਿਰੋਧ ਕੀਤਾ ਸੀ ਕਿ ਇਹਨਾਂ ਨੇ ਪੂਰੀ ਸਾਨੂੰ ਡਿਟੇਲ ਦੇ ਵਿੱਚ ਨਹੀਂ ਦੱਸਿਆ ਸੀਗਾ ਕਿ ਅਸੀਂ ਕੀ ਕੀਤਾ ਆ ਸਫਾਈ ਸੇਵਕਾਂ ਦਾ। ਤਾਂ ਉਸ ਤੋਂ ਬਾਅਦ ਫਿਰ ਅਸੀਂ ਜਿਹੜੀ ਪ੍ਰੋਸੀਡਿੰਗ ਦੀ ਫਾਈਲ ਆਈ ਸੀ ਸਾਡੇ ਕੋਲ, ਤਾਂ ਉਹਦੇ ਵਿੱਚ ਇਹਨਾਂ ਨੇ ਸਹਿਮਤੀ ਲਿਖੀ ਸੀ ਕਿ ਅਸੀਂ ਇਹਨਾਂ 7 MCਾਂ ਨੇ ਇਹਨਾਂ ਦਾ ਵਿਰੋਧ ਕੀਤਾ ਸੀ ਕਿ ਸਾਨੂੰ ਇਹ ਤੁਹਾਡੀ ਜੋ ਸਹਿਮਤੀ ਆ ਸਾਨੂੰ ਮਨਜ਼ੂਰ ਨਹੀਂ ਹੈਗਾ ਜਿਹੜਾ ਮਤਾ ਪਾਇਆ ਹੈ ਇਹਨਾਂ ਨੇ। ਤਾਂ ਇਸ ਵਿਰੋਧ ਵਿੱਚ ਹੀ ਅੱਜ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਕਮਿਸ਼ਨਰ ਮੈਡਮ ਨੂੰ। ਸਫਾਈ ਕਰਮਚਾਰੀਆਂ ਦਾ ਜਿਹੜਾ ਮਤਾ ਸੀਗਾ ਉਹ ਤਾਂ ਅਸੀਂ ਸਰਬਸੰਮਤੀ ਦੇ ਨਾਲ ਪਾਸ ਕੀਤਾ, ਉਹਨਾਂ ਦੇ ਹੱਕ 'ਚ ਕੀਤਾ, ਜੋ ਸਾਨੂੰ ਜੰਗੇ ਪੰਜਾਬ ਸਰਕਾਰ ਨੇ ਵੀ ਜਿਹੜੇ ਜੋ ਵੀ ਸੀਗਾ ਵੀ ਉਹਨਾਂ ਨੂੰ ਆਪਾਂ ਪੱਕੇ ਕਰਨਾ, ਉਹਦੇ ਬਾਰੇ ਆਪਾਂ ਉਹਨਾਂ ਨੂੰ ਜਿਹੜਾ ਬੇਸਿਕਲੀ ਜਿਹੜਾ ਨਾ ਸਾਰੇ ਹੀ ਅਸੀਂ ਹਾਊਸ ਨੇ ਜਿਹੜਾ ਆ ਉਹਨਾਂ ਦੇ ਆਪਾਂ ਹੱਕ ਦੇ ਵਿੱਚ ਜਿਹੜਾ ਪਾਸ ਕੀਤਾ ਹੈਗਾ ਉਹਦੇ ਬਾਰੇ ਜਿਹੜੀ ਕਮੇਟੀ ਬਣ ਜਾਣੀ ਆ, ਕਮੇਟੀ ਜਿਹੜੀ ਆ ਫਿਰ ਉਹ ਤੋਂ ਬਾਅਦ ਬੇਸਿਕਲੀ ਅਖਬਾਰਾਂ ਵਿੱਚ ਵੀ ਆਏਗਾ। ਪ੍ਰੋਸੀਡਿੰਗ ਤਾਂ ਸਾਰਿਆਂ ਦੇ ਸਾਹਮਣੇ ਹੈ, ਜਿਹੜਾ ਕੁਛ ਉੱਥੇ ਹੋਇਆ ਸੀ ਮਤਾ ਉੱਥੇ ਡਿਸਕਸ ਹੋਇਆ ਸੀ, ਕੁਛ ਕਾਉਂਸਲਰਾਂ ਨੇ ਵਾਕਆਊਟ ਵੀ ਕੀਤਾ ਸੀ, ਲੇਕਿਨ ਜਦ ਕਾਉਂਸਲਰ ਵਾਕਆਊਟ ਕਰਦੇ ਹੈ ਤਾਂ ਕੋਰਮ ਉਨਾ ਹੀ ਮੰਨਿਆ ਜਾਂਦਾ ਹੈ ਜਿੰਨਾ ਕੋਰਮ ਲੀਗਲੀ ਰਿਕੁਆਇਰਡ ਹੁੰਦਾ ਹੈ। ਤਾਂ ਜਿੰਨਾ ਕੋਰਮ ਉਦੋਂ ਸੀਗਾ ਜਦੋਂ ਮਤਾ ਪ੍ਰਵਾਨ ਹੋਇਆ, ਉਹਦੇ ਹਿਸਾਬ ਨਾਲ ਹੀ ਪ੍ਰੋਸੀਡਿੰਗ ਬਣੀ ਹੈ, ਜਿਹਦੇ ਵਿੱਚ ਲਿਖਿਆ ਗਿਆ ਹੈ ਕਿ ਸਰਵਸਹਿਮਤੀ ਨਾਲ ਮਤਾ ਪਾਸ ਹੋਇਆ। ਹੁਣ ਸਾਡੇ ਕੋਲ ਇਹ ਓਬਜੈਕਸ਼ਨ ਪ੍ਰਾਪਤ ਹੋਇਆ ਹੈ ਕਿ ਕੁਛ ਪਾਰਸ਼ਦ ਆਪਦਾ ਓਬਜੈਕਸ਼ਨ ਇਹਦੇ ਵਿੱਚ ਉਹਦਾ ਇੰਦਰਾਜ ਕਰਾਉਣਾ ਚਾਹੁੰਦੇ ਹਾਂ। ਅਸੀਂ ਰੂਲਾਂ ਦੇ ਹਿਸਾਬ ਨਾਲ ਦੇਖ ਲੈਂਦੇ ਉਹਦੇ ਵਿੱਚ ਕੀ ਹੋ ਸਕਦਾ, ਕਿਉਂਕਿ ਕਾਉਂਸਲਰ ਦਾ ਪੂਰਾ ਹੱਕ ਹੈ ਹਾਊਸ ਵਿੱਚ ਕੁਛ ਵੀ ਕਹਿਣ ਦਾ, ਲੇਕਿਨ ਜਿਵੇਂ ਵਾਕਆਊਟ ਕਰਦੇ ਹਾਂ ਅਤੇ ਕੋਰਮ ਸਾਡਾ ਪੂਰਾ ਹੁੰਦਾ ਹੈ, ਤਾਂ ਫਿਰ ਜੇ ਜਿਹੜਾ ਮਤਾ ਪ੍ਰਵਾਨ ਹੋ ਗਿਆ ਉਹ ਰੂਲਾਂ ਦੇ ਹਿਸਾਬ ਨਾਲ ਹੀ ਹੁੰਦਾ ਹੈ। ਦੱਸਿਆ ਜਾ ਨਿਊਜ਼ ਦੇ ਹਰਪਾਲ ਲਾਡਾ ਦੇ ਨਾਲ ਕੈਮਰਾਮੈਨ ਜਤਿੰਦਰ ਬਿੰਸ ਦੀ ਰਿਪੋਰਟ। An excellent coaching point in IELTS and spoken English. Also, expert in study and visitor visa. Government approved smart study group. Session Chowk, Hoshiarpur.